ਨੇ ਗਿਵ ਅਵੇ ਰੱਖਿਆ ਸੀਗਾ ਜਿਹੜਾ, ਉਹ ਅਸੀਂ ਗਿਵ ਅਵੇ ਦਾ ਉਹ ਕਰਨਾ ਗਾ, ਵਿਨਰ ਕੱਢਣਾ ਗਾ। ਤੇ ਮਿੱਤਰੋ ਇੱਕ ਬਾਈ ਨੇ ਕਮੈਂਟ ਕੀਤਾ ਸੀਗਾ, ਕਹਿੰਦਾ ਟਰੈਕਟਰ ਦੀ ਆਵਾਜ਼ ਸੁਣਾਇਓ, ਕਰੀ ਸਟਾਰਟ। ਸਤਿ ਸ਼੍ਰੀ ਅਕਾਲ ਵੀ ਸਾਰਿਆਂ ਨੂੰ, ਸਵਾਗਤ ਕਰਦੇ ਹਾਂ ਤੁਹਾਡਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ। ਅਤੇ ਅੱਜ ਚੱਲੇ ਗਏ ਜਸ਼ਨ ਨਾਲ, ਅਤੇ ਐੱਲ ਈ ਡੀ ਖਰਾਬ ਹੋ ਗਈ ਆਪਣੀ, ਐੱਲ ਈ ਡੀ ਚੇਂਜ ਕਰਾਉਣ। ਅਤੇ ਚਲੋ ਫਿਰ ਚੱਲਦੇ ਹਾਂ ਆਪਾਂ, ਅਤੇ ਤੁਹਾਨੂੰ ਉੱਥੇ ਚੱਲ ਕੇ ਮਿਲਦੇ ਹਾਂ। ਅਤੇ ਮਿੱਤਰੋ ਆਪਾਂ ਮੈਟਿੰਗ ਵੀ ਕਰਾਂਗੇ, ਅਤੇ ਮੈਟ ਲਿਆਂਦਾ ਸੀਗਾ ਸੰਦੌੜੋ, ਗਰਾਸ ਮੈਟ ਕਹਿੰਦੇ ਆ। ਕਿੰਨੇ ਦਿੱਤਾ? ਫ੍ਰੀ ਸ਼ਵਾ? ਅੱਛਾ, ਸਾਡੇ ਆੜੀ ਸੀਗਾ ਬਾਈ, ਉਹਨੇ ਫ੍ਰੀ ਦਿੱਤਾ। ਬਾਕੀ ਦਾ ਬਾਹਲਾ ਰੇਟ ਹੈ ਨਹੀਂ ਗਾ, 10-20 ਰੁਪਏ ਫੁੱਟ ਹੀ ਆ ਨਾ ਇਹ, 30 ਰੁਪਏ ਫੁੱਟ ਹੋਊ ਵੱਧ ਤੋਂ ਵੱਧ। ਅਤੇ ਹੁਣ ਇੱਥੇ ਲਾਵਾਂਗੇ, ਇੱਥੇ ਲਾਵਾਂਗੇ, ਇੱਥੇ ਲਾਵਾਂਗੇ, ਅਤੇ ਇੱਥੇ ਵੀ ਲਾਵਾਂਗੇ। ਇਹਦੇ ਵੀ ਰੰਗ ਨਾ ਲੈ ਜੇ, ਇਹਤੇ ਵੀ ਇਹਨੂੰ ਚੱਕ ਕੇ ਝਾੜ ਦਿਆ ਕਰਾਂਗੇ, ਮਿੱਟੀ ਮੁੱਟੀ ਆ ਜਿਹੜੀ, ਉਹ ਚੱਕ ਕੇ ਝਾੜ ਦਿਆ ਕਰਾਂਗੇ ਆਪਾਂ। ਇੱਥੇ ਤਾਂ ਲਾ ਲਿਆ ਸੀਗਾ, ਆ ਦਿਓ ਇਹ ਇੱਕਣ ਲੱਗ ਜੂਗਾ ਇੱਦਾਂ, ਕੱਟ ਕੇ ਉਹਦੇ ਨਾਲ ਇਹਨੂੰ ਕੱਟ ਕੇ ਇੱਥੋਂ, ਅਤੇ ਲਾ ਦਾਂਗੇ ਆਪਾਂ 2.5 ਲੋਕ ਨਾਲ। ਅਤੇ ਇੱਥੇ ਵੀ ਲੱਗ ਜੂਗਾ, ਇੱਥੇ ਗਲੀਆਂ ਹੈਗੀਆਂ ਨੇ, ਆਹ ਦੇਖੋ ਇਹ ਗਲੀਆਂ 'ਚ ਕੋਈ ਕਰਕੇ ਆਪਾਂ ਜੁਗਾੜ, ਇੱਥੇ ਆ ਇੱਧਰ ਦੀ ਕੱਢ ਕੇ, ਅਤੇ ਇੱਧਰ ਦੀ ਕੱਢ ਕੇ ਲੋਕ ਲਾ ਦਾਂਗੇ ਇੱਥੋਂ। ਅਤੇ ਲਓ ਵੀ ਮਿੱਤਰੋ, ਗਰਾਸ ਮੈਟਿੰਗ ਕਰਤੀ ਸੀਗੀ, ਦੇਖੋ ਕਿੰਨੀ ਸੋਹਣੀ ਹੋਈ ਹੈ। ਇਹ ਉੱਤੇ ਆ ਲੋਕ ਲਾਤੇ ਆਪਾਂ, ਜਿਹੜੇ ਹੁੰਦੇ ਆ 2.5 ਲੋਕ, ਆਹ ਦੇਖੋ ਉੱਧਰ ਵੀ ਇੱਦਾਂ ਹੀ ਕਰਿਆ ਹੋਇਆ, ਸੋਹਣਾ ਲੱਗਦਾ। ਇੱਥੇ ਤਾਂ ਲੱਗੇ ਹੋਏ ਆ, ਰਬੜੀ ਲੱਗੀ ਹੋਈ ਹੈ, ਇੱਥੇ ਤਾਂ ਲੋੜ ਨਹੀਂ, ਇੱਥੇ ਸੋਹਣਾ ਲੱਗਦਾ। ਭੈਣ ਲੱਗਦਾ ਦੱਸਿਓ ਲਾਈਕ ਕਮੈਂਟ ਕਰਕੇ, ਅਤੇ ਯਾਰ ਤੁਸੀਂ ਲਾਈਕ ਘੱਟ ਕਰ ਦਿਓ, ਲਾਈਕ 'ਤੇ ਥੋੜ੍ਹਾ ਜਿਹਾ ਦੱਬ ਦਿਓ। ਅਤੇ ਆਹ ਦੇਖੋ ਸਬਸਕ੍ਰਾਈਬਰ, ਮੈਂ ਤਾਂ ਕਰਨਾ ਉਹਨਾਂ ਸਬਸਕ੍ਰਾਈਬ ਕਰਨ ਨੂੰ, ਆਹ ਦੇਖੋ ਸਕਰੀਨ 'ਤੇ ਤੁਸੀਂ ਸਬਸਕ੍ਰਾਈਬ ਕਰਕੇ ਵੀਡੀਓ ਦੇਖੋਗੇ, ਫਿਰ ਕੋਈ ਚੱਕਰ ਨਹੀਂ ਹੈਗਾ, ਫਿਰ ਮੈਨੂੰ ਵੀ ਵਧੀਆ ਲੱਗੂ, ਮੇਰਾ ਜਿਹੜਾ ਹੋਵੇਗਾ ਮੈਂ ਥੋੜ੍ਹਾ ਜਿਹਾ ਮੋਟੀਵੇਟ ਹੋਊਂਗਾ, ਤਾਂ ਕਹਿਣਾਗਾ। ਅਤੇ ਦੇਖੋ ਘੈਂਟ ਲੱਗਦਾ। ਅਤੇ ਮਿੱਤਰੋ ਇੱਕ ਗੱਲ ਤੁਹਾਡੇ ਨਾਲ ਹੋਰ ਸ਼ੇਅਰ ਕਰਨੀ ਸੀਗੀ, ਅਤੇ ਹਰੇਕ ਬੰਦੇ ਦੇ ਜਿਵੇਂ ਦਿਲ 'ਚ ਕੀੜਾ ਹੁੰਦਾ ਨਾ ਗਾਣੇ ਗੁਣੇ ਕੱਢਣ ਦਾ, ਅਤੇ ਆਪਣੇ ਕੋਲ ਵੀ ਹੈਗਾ ਸੀ ਬਾਈ ਆਪਣਾ ਮਿਊਜ਼ਿਕ ਪ੍ਰੋਡਿਊਸਰ, ਅਤੇ ਆਪਾਂ ਵੀ ਇੱਕ ਗਾਣਾ ਮਾੜਾ ਜਿਹਾ ਤਾਂ ਮਾੜਾ ਜਿਹਾ ਰਿਕਾਰਡ ਕੀਤਾ ਗਾ, ਜਦੋਂ ਸਾਰਾ ਆਪਾਂ ਕਰਾਂਗੇ 50K 'ਤੇ ਮੈਂ ਅਪਲੋਡ ਕਰ ਦੂੰਗਾ, ਜੇ ਮੈਨੂੰ ਲੱਗਿਆ ਵੀ ਹਾਂ ਗਾਣਾ ਮੈਨੂੰ ਵਧੀਆ ਲੱਗਿਆ। ਹਜੇ ਤਾਂ ਨਾਲ ਦੇ ਹੱਸਦੇ ਨੇ, ਅਤੇ ਮੈਂ ਪਲੇ ਕਰਕੇ ਇੱਕ ਵਾਰੀ ਤੁਹਾਨੂੰ ਸੁਣਾਉਣਾ, ਮਾੜਾ ਜਿਹਾ ਸੁਣਾਊਂਗਾ, ਅਤੇ ਫਿਰ ਦੱਸਿਓ ਗਾਣਾ ਕਿਵੇਂ ਲੱਗਿਆ, ਵੀ 50K 'ਤੇ ਪਾ ਦਈਏ ਕਿ ਨਾ ਪਾਈਏ। ਅਤੇ ਮਿੱਤਰੋ ਮੈਂ ਤੁਹਾਨੂੰ ਇੰਨਾ ਕੀ ਸੁਣਾ ਸਕਦਾ, ਅਤੇ ਕਿਵੇਂ ਲੱਗਿਆ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ, ਜੇ ਨਹੀਂ ਵਧੀਆ ਲੱਗਿਆ ਤਾਂ ਹਾਸੇ ਹੁੱਸੇ ਵਾਲੇ ਜਿਹੜੇ ਕਮੈਂਟ ਕਰਨੇ ਹੋਣਗੇ ਕਰ ਦਿਓ, ਠੀਕ ਹੈ। ਚਲੋ ਫਿਰ ਹੁਣ ਘਰ ਚੱਲਦੇ ਹਾਂ, ਅਤੇ ਦੇਖਦੇ ਹਾਂ ਫਿਰ ਅੱਗੇ ਕੀ ਬਣਦਾ। ਅਤੇ ਲਓ ਮਿੱਤਰੋ ਅਸੀਂ ਆਏ ਸੀ ਕਰਨ ਕੋਲੇ, ਅਤੇ ਆਹ ਚਨੇਰ ਦਾ ਉੱਭਰਦਾ ਹੋਇਆ ਗੇਮਰ, ਅਤੇ ਨੂਰ ਉੱਪਲ ਨੇ ਗਿਵ ਅਵੇ ਰੱਖਿਆ ਸੀਗਾ ਜਿਹੜਾ, ਉਹ ਅਸੀਂ ਗਿਵ ਅਵੇ ਦਾ ਉਹ ਕਰਨਾ ਗਾ, ਵਿਨਰ ਕੱਢਣਾ ਗਾ। ਅਤੇ ਫਿਰ ਹੁਣ ਤੁਹਾਨੂੰ ਦਿਖਾਉਂਦੇ ਹਾਂ ਲਾਈਵ ਕਮੈਂਟ ਪਿਕਰ 'ਚ, ਅਤੇ ਦੇਖਦੇ ਹਾਂ ਕਿਹੜਾ ਵਿਨਰ ਨਿਕਲਦਾ, ਫਿਰ ਉਹਨੂੰ ਅਸੀਂ ਪਾਰਸਲ ਕਰ ਦਾਂਗੇ, ਜਿਹਨੇ ਜਿਹਨੇ ਕਮੈਂਟ ਕੀਤਾ ਹੋਇਆ ਬਸ ਉਹਨੂੰ ਨਿਕਲੂਗਾ। ਕਿਉਂ ਨਿਕਲੂਗਾ ਤੈਨੂੰ ਲੱਗਦਾ, ਕਿਉਂ ਨਿਕਲੂ? ਅਤੇ ਇੱਥੇ ਪੇਸਟ ਕਰ ਦੇ ਕਮੈਂਟ, ਉਹ ਵੀਡੀਓ ਦਾ ਲਿੰਕ ਫੜ ਲਾ, ਕਰਨਾ ਮੈਂ ਕੈਮਰਾ ਫੜ ਲਾ। ਤੇ ਗਾਈਸ ਹੁਣ ਆਪਾਂ ਇੱਥੇ ਲਿੰਕ ਕਾਪੀ ਕਰਨ ਲੱਗੇ ਹਾਂਗੇ, ਪੇਸਟ ਪੇਸਟ ਸੌਰੀ ਪੇਸਟ ਕਰ ਦੇ। ਤੇ ਹੁਣ ਥੱਲੇ ਕਰ, ਥੱਲੇ ਕਰ, ਇੱਥੇ ਥੱਲੇ ਕਰ, ਥੱਲੇ 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 ਥੱਲੇ, ਇਹਦੇ ਲਿਖਾ ਫਿਲਟਰ ਕਰ ਦੇ, ਡੁਪਲੀਕੇਟ ਯੂਜ਼ਰ ਸਾਰਾ ਕੁਝ ਟਿੱਕ ਕਰ ਦੇ, ਰਿਪਲਾਈ ਕਮੈਂਟ ਫਿਲਟਰ ਕਮੈਂਟ ਬੇਸਿਕ ਗਿਵ ਅਵੇ, ਹਾਂ ਗਿਵ ਅਵੇ ਹੀ ਆਪਣਾ ਹੈਸ਼ਟੈਗ ਗਿਵ ਅਵੇ, ਆਪਾਂ ਕਿਸੇ ਨੇ ਨਹੀਂ ਯੂਜ਼ ਕੀਤਾ ਹੋਇਆ। ਤੇ ਅੱਗੇ ਆ ਬਲੈਕ ਲਿਸਟਡ ਯੂਜ਼ਰ, ਐਡ ਐਕਸਟਰਾ ਐਂਟਰੀਜ਼ ਨਾ, ਐਡ ਆ ਨਾ ਕਰੀ, ਤੇ ਕੱਢ ਦੇ ਤੇ ਦੇਖੋ ਬਈ ਕਿਹੜਾ ਨਿਕਲਦਾ, ਫਿਰ 100 ਕਮੈਂਟ ਨਹੀਂ ਹੈ, ਤਾਂ ਪਹਿਲਾਂ ਉਹ ਕਰੂਗਾ, ਮੈਨੂੰ ਪਤਾ ਫਿਲਟਰ ਕਰੂਗਾ ਸਾਰਿਆਂ ਨੂੰ, ਫਿਰ ਇੱਕ ਕੱਢੂਗਾ। 500 ਕਮੈਂਟ, 600 ਕਮੈਂਟ, 700
ਬੰਦਾ